ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਹਿਲਾਂ ਤਾਂ ਸਵਾਗਤ ਕਰਦੇ ਹਾਂ ਜੋਲ ਸਾਹਿਬ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਐਜ਼ ਅ ਕੈਂਡੀਡੇਟ। ਸਤਿ ਸ੍ਰੀ ਅਕਾਲ। ਹਾਂ ਜੀ ਯਾਰ, ਸੁਭਾ ਖੂਬੀ ਦੱਸਿਆ, ਥੈਂਕ ਯੂ ਸੋ ਮੱਚ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਹਾਂ ਜੀ। ਤੇ ਇਹਦੇ ਨਾਲ ਦੱਸ ਦਈਏ ਵੀ ਵਾਰਡ 9 ਤੇ 10 ਦੇ ਵਿੱਚ ਸਕੂਲ ਟਰੱਸਟੀ ਕੈਂਡੀਡੇਟ ਵਜੋਂ ਸਤਪਾਲ ਸਿੰਘ ਜੌਲ, ਅਰਸ਼ ਸਰੋਤਿਆਂ ਦੀ ਸੇਵਾ ਦੇ ਵਿੱਚ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਸਕੂਲ ਟਰੱਸਟੀ ਇੱਕ ਅਜਿਹਾ ਸਵਾਲ ਪੈਦਾ ਹੁੰਦਾ ਹੈ ਜੀ ਲੋਕਾਂ ਦੇ ਵਿੱਚ ਕਿ ਸਕੂਲ ਟਰੱਸਟੀ ਦੇ ਕੰਮ ਕੀ ਨੇ, ਸਪੈਸ਼ਲੀ ਵਨ ਸਕੂਲ ਟਰੱਸਟੀ ਕਮਸ, ਦੈਟ ਮੀਨਸ ਸਟੂਡੈਂਟ ਐਂਡ ਪੇਰੈਂਟਸ ਦੇ ਵਿੱਚ ਜੋ ਰਿਲੇਸ਼ਨਸ਼ਿਪ ਹੁੰਦਾ ਆ, ਐਂਡ ਆਲ ਦ ਸਕੂਲਸ ਆਰ ਅੰਡਰ ਯੂ, ਐਂਡ ਕੁਛ ਇੱਕ ਵਰਕਰਸ ਲਈ ਤੁਸੀਂ ਕੰਮ ਕਰਦੇ ਹੋ, ਕੁਛ ਪੇਰੈਂਟਸ ਦੀ ਸੁਣਦੇ ਹੋ, ਕੁਛ ਸਟੂਡੈਂਟਾਂ ਦੀ ਸੁਣਦੇ ਹੋ, ਜੋ ਗਲਤ ਹੁੰਦਾ ਆ ਸਕੂਲਾਂ ਦੇ ਵਿੱਚ ਉਹਦੇ ਬਾਰੇ ਤੁਸੀਂ ਐਕਸ਼ਨ ਲੈਂਦੇ ਹੋ। ਸੋ ਵਟ ਆਰ ਦ ਜੋਬਸ ਕਿ ਐਜ਼ ਅ ਸਕੂਲ ਟਰੱਸਟੀ ਤੁਸੀਂ ਇਸ ਵਾਰ ਕਰਨ ਜਾ ਰਹੇ ਹੋ ਜੋਲ ਸਾਹਿਬ? ਹਾਂ ਬਿਲਕੁਲ ਅਰਸ਼, ਜਿਸ ਤਰ੍ਹਾਂ ਤੁਸੀਂ ਇਹ ਦੱਸਿਆ ਹੁਣ, ਉਸ ਤੋਂ ਇੱਕ ਗੱਲ ਜਿਹੜੀ ਕਲੀਅਰਲੀ ਰਿਫਲੈਕਟ ਹੁੰਦੀ ਆ ਵੀ ਸਕੂਲ ਟਰੱਸਟੀ ਇੱਕ ਲਿੰਕ ਹੈ, ਲਿੰਕ ਹੈ, ਇੱਕ ਬ੍ਰਿਜ ਹੈ ਕਮਿਊਨਿਟੀ, ਸਟੂਡੈਂਟਸ, ਟੀਚਰ, ਐਜੂਕੇਸ਼ਨ ਸਿਸਟਮ ਤੇ ਬੋਰਡ ਦੇ ਵਿਚਕਾਰ ਜੀ। ਜਿੰਨਾ ਉਹ ਕੜੀ, ਉਹ ਲਿੰਕ, ਉਹ ਬ੍ਰਿਜ ਮਜ਼ਬੂਤ ਹੋਏਗਾ, ਓਨਾ ਹੀ ਜਾਣੀ ਕਿ ਜਿਹੜੀ ਇਹ ਮੁਸ਼ਕਲਾਂ ਕਮਿਊਨਿਟੀ ਦੀਆਂ ਹੈਗੀਆਂ ਨੇ, ਸਟਰਗਲ ਆ ਵੀ ਉਹ ਰੇਜ਼ ਕੀਤੀਆਂ ਜਾ ਸਕਣਗੀਆਂ ਤੇ ਸਿਸਟਮ ਦੇ ਵਿੱਚ ਉਹਨਾਂ ਨੂੰ ਹੱਲ ਕੀਤਾ ਜਾ ਸਕੇਗਾ। ਸੋ ਸਕੂਲ ਟਰੱਸਟੀ ਪ੍ਰਮੁੱਖ ਤੌਰ ਤੇ ਇਹੀ ਆ ਜੀ ਵੀ ਇਹ ਇਲੈਕਟ ਵੀ ਲੋਕਾਂ ਦੇ ਵਿੱਚੋਂ ਕਰਨ ਦਾ ਇਸੇ ਕਰਕੇ ਸਿਸਟਮ ਰੱਖਿਆ ਹੋਇਆ ਵੀ ਉਹ ਵਿਅਕਤੀ ਸਕੂਲ ਬੋਰਡ ਦੇ ਵਿੱਚ ਹੋਵੇ, ਲੋਕ ਆਪ ਕਮਿਊਨਿਟੀ ਚੁਣ ਕੇ ਭੇਜੇ ਜਿਹਨਾਂ ਨੂੰ ਉਹ ਸਮਝਣ ਕੇ ਵੀ ਇਹ ਮੋਸਟ ਕੰਪੀਟੈਂਟ ਪਰਸਨ ਹੈਗਾ ਜਿਹੜਾ ਕਿ ਉਹਨਾਂ ਦੀ ਨੌਲੇਜ ਦੇ ਵਿੱਚ ਹੈ ਤੇ ਉਹਨਾਂ ਦੇ ਵਿਚਾਰ ਦੇ ਮੁਤਾਬਕ, ਉਹਨਾਂ ਦੀ ਸਿਲੈਕਸ਼ਨ ਇਲੈਕਸ਼ਨ ਦੇ ਮੁਤਾਬਕ ਵੀ ਇਹ ਉੱਥੇ ਜਾ ਕੇ ਬੈਸਟ ਕੰਟਰੀਬਿਊਟ ਕਰ ਸਕਦਾ ਜਿਹੜੀਆਂ ਟ੍ਰਬਲਸ ਆ, ਮੁਸ਼ਕਲਸ ਆ, ਉਹਨਾਂ ਨੂੰ ਹੱਲ ਕਰਨ ਦੇ ਲਈ। ਸੋ ਮੇਨ ਤੌਰ ਤੇ ਤਾਂ ਇਹੀ, ਭਾਵੇਂ ਚਲੋ ਇੱਕ MP ਵੀ ਇੱਕ ਕੜੀ ਹੈ, ਬ੍ਰਿਜ ਹੈ, ਇੱਕ MPP ਵੀ ਇਹੀ ਹੈ, ਕੌਂਸਲਰ ਵੀ ਇਹੀ ਹੈ, ਬਾਕੀ ਸਾਰੇ ਇਲੈਕਟਡ ਅਫੀਸ਼ਲਸ ਵੀ। ਤੇ ਇਸੇ ਕਰਕੇ ਡੈਮੋਕ੍ਰੇਸੀ ਦੇ ਵਿੱਚ ਇਹ ਆ ਜੀ ਕਿ ਲੋਕਾਂ ਦੀ ਸਰਕਾਰ ਕਿਹਾ ਜਾਂਦਾ ਕਿ ਲੋਕ ਚੁਣ ਕੇ ਭੇਜਦੇ ਨੇ ਜੀ, ਤੇ ਸਕੂਲ ਬੋਰਡ ਤੱਕ ਵੀ ਜਾਣੀ ਕਿ ਡੈਮੋਕ੍ਰੇਸੀ ਨੂੰ ਐਂਕਰ ਕਰਨ ਦਾ ਮਤਲਬ ਇਹੀ ਆ ਵੀ ਲੋਕ ਚੁਣ ਕੇ ਭੇਜਣ ਤੇ ਉੱਥੇ ਸਕੂਲ ਬੋਰਡ ਦੇ ਵਿੱਚ ਜਿਸ ਤਰ੍ਹਾਂ ਦੀਆਂ ਪਾਲਿਸੀਜ ਬਣਨੀਆਂ, ਜੋ ਸ਼ੇਪ ਦੇਣੀ ਹੈ, ਜਿਸ ਤਰੀਕੇ ਦੇ ਨਾਲ ਪ੍ਰੋਵਿੰਸ ਦੇ ਨਾਲ ਨੈਗੋਸ਼ੀਏਟ ਕਰਨਾ, ਸੋ ਉਹ ਸਭ ਕੁਝ ਜਿਹੜਾ ਜੀ ਵੀ ਉਹ ਸਕੂਲ ਟਰੱਸਟੀ ਕਰ ਸਕੇ। ਸੋ ਕੁੱਲ ਮਿਲਾ ਕੇ ਜਾਣੀ ਕਿ ਵੀ ਬਹੁਤ ਸਾਰੀਆਂ ਸਟਰਗਲਸ ਹੋਣਗੀਆਂ। ਆਪਾਂ ਚਲੋ ਚੋਣ ਪ੍ਰਚਾਰ ਦੇ ਦੌਰਾਨ ਫਿਰ ਕਿਤੇ ਪੇਸ਼ ਹੋ ਕੇ ਬਾਕੀ ਦੀਆਂ ਗੱਲਾਂ ਵੀ ਕਰ ਲਵਾਂਗੇ। ਇੱਕ ਜਿਹੜਾ ਇਸ਼ੂ ਜਾਣੀ ਕਿ ਸਮੇਂ ਦੇ ਵਿੱਚ ਆ ਰਿਹਾ ਭੈਣ ਭਰਾਵਾਂ ਦਾ ਇਹ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਾਣੀ ਟਰਾਂਸਪੋਰਟੇਸ਼ਨ ਆ ਜਿਹੜੀ ਸਟੂਡੈਂਟਸ ਨੇ ਅਫੋਰਡੇਬਲ ਕਰਨਾ ਚਾਹੁੰਦੇ ਨੇ, ਹਨਾ, ਅਫੋਰਡੇਬਲ ਕਰਨਾ ਚਾਹੁੰਦੇ ਨੇ। ਔਰ ਉਹਨੂੰ ਅਫੋਰਡੇਬਲ ਕਰਨ ਦੇ ਵਿੱਚ ਜੋ ਲੱਗਦਾ ਵੀ ਕਮਿਊਨਿਟੀ ਦੀ ਸਹਾਇਤਾ ਕੀਤੀ ਜਾ ਸਕਦੀ ਆ, ਉਹਦੇ ਵਿੱਚ ਅਰਸ਼ ਲੱਗਦਾ ਇਹ ਵੀ ਕਿਸੇ ਤਰ੍ਹਾਂ ਇਹ ਇੱਕ ਟੀਮ ਵਰਕ ਦੀ ਜ਼ਰੂਰਤ ਆ, ਜਿਹਦੇ ਵਿੱਚ ਕਿ ਜਾਣੀ ਕਿ ਸਿਟੀ ਨਾਲ ਨੈਗੋਸ਼ੀਏਟ ਕੀਤਾ ਜਾ ਸਕਦਾ, ਜਿਹਦੇ ਨਾਲ ਬ੍ਰੈਂਪਟਨ ਟ੍ਰਾਂਸਿਟ ਦੇ ਨਾਲ ਨੈਗੋਸ਼ੀਏਟ ਕੀਤਾ ਜਾ ਸਕਦਾ। ਇਹ ਵੀ ਜਿਹੜੇ ਸਕੂਲ ਸਟੂਡੈਂਟਸ ਹੈਗੇ ਆ, ਖਾਸ ਤੌਰ ਤੇ ਪੀਲ ਦੇ ਸਕੂਲ ਦੇ, ਉਹਨਾਂ ਨੇ ਜਦੋਂ ਆਪਣਾ ਸਕੂਲ ਟਾਈਮ ਦੇ ਵਿੱਚ ਜਾਂ ਸਕੂਲ ਤੋਂ ਬਾਅਦ ਦੇ ਵਿੱਚ ਵੀ, ਭਾਵੇਂ ਵੀ ਉਹ ਅਕੈਡੈਮਿਕ ਐਕਟੀਵਿਟੀਜ਼ ਹੋਣ ਜਾਂ ਸਪੋਰਟਸ ਦੀਆਂ ਐਕਟੀਵਿਟੀਜ਼ ਹੋਣ, ਉਹਨਾਂ ਦੇ ਵਿੱਚ ਜਦੋਂ ਪਾਰਟੀਸਪੇਟ ਕਰਨਾ ਆ, ਅਰਸ਼ ਜੋ ਤੁਸੀਂ ਦਾ ਇੱਥੋਂ ਦੇ ਐਜੂਕੇਟਰ ਦਾ ਪਤਾ, ਵੀ ਫਿਰ ਬੱਚਿਆਂ ਨੂੰ ਜੀ ਵੀ ਇੱਧਰ ਉੱਧਰ ਲਿਆਉਣ ਲਿਜਾਣ ਦੀ ਜ਼ਰੂਰਤ ਪੈਂਦੀ ਆ। ਰਾਈਟ ਰਾਈਟ ਰਾਈਟ। ਉਹਦੇ ਵਿੱਚ ਇੱਕ ਪੇਰੈਂਟ ਆ ਜਿਹੜਾ ਜੀ ਵੀ ਇਸ ਕੰਮ ਵਾਸਤੇ ਚਾਹੀਦਾ, ਹਨਾ। ਪਰ ਹੁਣ ਜੇ ਦੇਖਿਆ ਜਾਵੇ ਵੀ ਟਰਾਂਸਪੋਰਟੇਸ਼ਨ ਵਾਸਤੇ ਇਹ ਯੂਥ ਆ ਜਿਹੜਾ, ਬੱਚੇ ਨੇ, ਟੀਨੇਜਰਸ ਨੇ, ਤੇ ਉਹਨਾਂ ਨੂੰ ਸਹਾਇਤਾ ਕੀਤੀ ਜਾਵੇ ਵੀ ਇਸ ਤਰ੍ਹਾਂ ਦਾ ਉਹਨਾਂ ਦੇ ਕੋਲ ਬੱਸ ਪਾਸ ਹੋਵੇ ਜੀ, ਜਿਹਦੀ ਮਦਦ ਦੇ ਨਾਲ ਵੀ ਉਹ ਆਪੇ ਇੱਧਰ ਉੱਧਰ ਸਿਟੀ ਵਾਈਡ ਜਿੱਥੇ ਚਾਹੁਣ, ਜਿੱਥੇ ਉਹਨਾਂ ਨੇ ਜਾਣਾ ਆ ਆਪਣੇ ਪ੍ਰੋਗਰਾਮਸ ਦੇ ਵਿੱਚ ਪਾਰਟੀਸਪੇਟ ਕਰਨ ਦੇ ਲਈ, ਵੀ ਉਹ ਫਰੀਲੀ ਆ ਜਾ ਸਕਣ, ਵੀ ਪੇਰੈਂਟਸ ਤੇ ਇਹ ਬੋਝ ਨਾ ਹੋਵੇ ਕਿ ਉਹਨਾਂ ਨੂੰ ਟਾਈਮ ਕੱਢਣਾ ਪੈਣਾ, ਪਹਿਲਾਂ ਛੱਡ ਕੇ ਆਉਣਾ ਪੈਣਾ, ਫਿਰ ਲੈ ਕੇ ਆਉਣਾ ਪੈਣਾ। ਇਸ ਸਿਲਸਿਲੇ ਚ ਇਹ ਸੋਚ ਜਿਹੜੀ ਆ ਵੀ ਹੈਗੀ ਆ ਇੱਕ ਆਈਡੀਆ ਮਨ ਦੇ ਵਿੱਚ, ਜਿੱਦਾਂ ਬਹੁਤ ਵਧੀਆ ਬ੍ਰੈਂਪਟਨ ਸਿਟੀ ਨੇ ਕੰਮ ਕੀਤਾ ਹੋਇਆ ਵੀ ਇੱਕ ਬੱਸ ਪਾਸ ਸੀਨੀਅਰਸ ਨੂੰ, 65+ ਜਿਹੜੇ ਹੈਗੇ ਸਾਡੇ ਸਿਟੀ ਦੇ ਰੈਜੀਡੈਂਟ, ਉਹਨਾਂ ਨੂੰ ਦਿੱਤਾ ਹੋਇਆ ਫ੍ਰੀ ਬੱਸ ਪਾਸ ਆ। ਤੇ ਇਸੇ ਹੀ ਤਰ੍ਹਾਂ ਦਾ ਇੱਕ ਬੱਸ ਪਾਸ ਜੇ ਤੇ ਯੂਥ ਦੇ ਲਈ ਵਰਕਆਊਟ ਕੀਤਾ ਜਾ ਸਕੇ, ਜਿਹੜਾ ਕਿ ਬ੍ਰੈਂਪਟਨ ਟ੍ਰਾਂਜ਼ਿਟ ਤੇ ਸਿਟੀ ਦੇ ਨਾਲ ਨੈਗੋਸ਼ੀਏਟ ਕੀਤਾ ਜਾ ਸਕਦਾ, ਇਹਦੇ ਬਾਰੇ ਜਾਣੀ ਐਡਵੋਕੇਟ ਕੀਤਾ ਜਾ ਸਕਦਾ ਉਹਨਾਂ ਦੇ ਨਾਲ, ਤੇ ਵੀ ਜੇ ਕਿਉਂਕਿ ਪੀਲ ਦੇ ਜਿਹੜੇ ਸਟੂਡੈਂਟ ਹੈ ਤੇ ਪੀਲ ਦੇ ਜਿਹੜੇ ਟੈਕਸ ਪੇਅਰ ਹੈ, ਉਹਨਾਂ ਦੇ ਜਿਹੜੇ ਪੇਰੈਂਟਸ ਹੈ ਵੀ ਉਹਨਾਂ ਦੇ ਲਈ ਇਹ
एक तरीके वाइबल सेंस मेकिंग आइडिया भी हो सकता जी। जे यूथ है गया पी उन्हां जे ट्रांसपोर्टेशन दे विच सहायता की जाए जी ब्रैम्पटन ट्रांजिट दियां बसेस हैगियां उहदे विच जिहड़ा यूथ है जिदा सीनियर ते साडे बस पास का फायदा उठा रहे हैं उदां दा ही पास जिहड़ा एक ईयर अराउंड जाने के फ्री पास यह यूथ नूं भी मिल सके साडे स्टूडेंट्स नूं भी मिल सके तां कि उहनां दी ट्रांसपोर्टेशन जिहड़ी आ उह ईजीअर कीती जा सके। इस तरह का कोई पायलट प्रोजेक्ट ऑलरेडी ब्रैम्पटन ट्रांजिट कोल हैगा भी आ, आपां चाहांगे कि इस तरह का जिहड़ा प्रोजेक्ट आ भी उह परमानेंट होवे डिवाइडेड होवे ते फिर हाल अपने सामने आ पी अपना तो बाद अपनी कम्युनिटी तो बाद इस गल नूं कौन समझदा पी अपनी फुट दा शिकार होण करके जिहड़ा जी केस कदर जाने के आपां खखड़ियां करेले आ ते उहदा जिहड़ा नतीजा आ आम तौर ते जाने के इलैक्शन दे विच वी इह देखण नूं मिल जांदा। इलैक्शन दे विच इक एडिशनल चोण प्रचार दे दौरान आम तौर ते इह गल वी आ जांदी है जिहड़ी कि पंजाब दे विच तां होर घट देखी साडी कम्युनिटी दे विच इत्थे जाने के मैं इह कई देशां दे विच होर वी यूरोप दे विच वी देखिया कई गल्लां अफवाहां जिहड़ियां सच ना होण कोलों ही बना के करनियां शुरू कर दित्तियां जांदियां जिन्हां दा कि कोई आधार ना होवे जां जिद्दां भी जाणी गल होवे कोई होर उहनूं तोड़ मरोड़ के कहा सुणी दे विच इस तरीके दे नाल उदां ही अपने कोलों ही प्रचारी जाणा जिहड़ी कि जाणी कि तत्थां दे आधार ते सच्चाई ना होवे। जिद्दां कि भी इस तरह के आइडियाज तों फिर नैचुरली आपी जिन्ना कम्युनिटी बहुत साडे स्याणे ने भैण भरा पेरेंट्स सारे कि उह हर इक गल नूं सुण के उह सच तां नहीं मनदे लेकिन कि अपना होमवर्क अपना ब्रेन दा इस्तेमाल भी करना जरूरी हुंदा है। तो जिस करके इह है जी भी लगदा ਆਪਾਂ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਪ੍ਰੋਗਰਾਮਾਂ ਦੇ ਵਿੱਚ ਇਹ ਮੁਹਿੰਮ ਵਿੱਢੀ ਹੋਏਗੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਅਸੀਂ ਕੈਨੇਡਾ ਦੇ ਸਿਸਟਮ ਨੂੰ ਬਚਾ ਕੇ ਰੱਖਣਾ ਤੇ ਇਹਨੂੰ ਜਿੱਦਾਂ ਦਾ ਹੈਗਾ ਐਟਲੀਸਟ ਉਦਾਂ ਦਾ ਜ਼ਰੂਰ ਬਣਾ ਕੇ ਰੱਖਣਾ ਤੇ ਹੁਣ ਕਿਤੇ ਕਿਤੇ ਜਾਣੀ ਇਹ ਸੁਣਨ ਨੂੰ ਮਿਲਦੀ ਆ ਵੀ ਕੁਛ ਬ੍ਰੇਨਸ ਨੇ ਆਪਣੀ ਇਹ ਸਾਰੀ ਦਿੱਤੀ ਹੋਈ ਇਨਫੋਰਮੇਸ਼ਨ ਨੂੰ ਏਦਾਂ ਪ੍ਰੋਸੈਸ ਕੀਤਾ ਹੋਇਆ ਵੀ ਇਹ ਨੈਗੇਟਿਵ ਗੱਲ ਆ। ਹੁਣ ਮੈਂ ਪੁੱਛਦਾ ਹਾਂ ਇਹ LMIA ਦਾ ਜਿਹੜਾ ਟੁੱਟਿਆ ਭੱਜਿਆ ਸਿਸਟਮ ਸੀਗਾ ਉਹਨੂੰ ਫਿਕਸ ਕਰਾ ਕੇ ਲੋੜਵੰਦਾਂ ਦੀ ਲੁੱਟ ਬੰਦ ਕਰਾਉਣਾ ਕੀ ਇਹ ਨੈਗੇਟਿਵ ਗੱਲ ਆ? ਗੁਰੂ ਨਾਨਕ ਦੇਵ ਜੀ ਦਾ ਸਾਈਨ ਉਹਨਾਂ ਦਾ ਨਾਮ ਜਿਹੜਾ ਬ੍ਰੈਂਪਟਨ ਹੋਸਪਿਟਲ ਦੇ ਵਿੱਚ ਹੇਠਾਂ ਨੀਵੀਂ ਥਾਂ ਤੇ ਲਿਖ ਕੇ ਸਿਗਰਟਾਂ ਲੋਕ ਪੀ ਰਹੇ ਸੀ ਤੇ ਉੱਥੇ ਸੁੱਟ ਰਹੇ ਸੀ ਉਸ ਸਾਈਨ ਦੇ ਲਈ ਇਕੱਲੇ ਇੱਕ ਬੰਦੇ ਵੱਲੋਂ 4 ਸਾਲ ਸਟਰਗਲ ਕਰਕੇ ਉਹ ਸਾਈਨ ਠੀਕ ਕਰਵਾ ਲੈਣਾ ਗੁਰੂ ਸਾਹਿਬ ਦੇ ਨਾਂ ਦਾ ਸਤਿਕਾਰ ਬਹਾਲ ਕਰਾ ਲੈਣਾ ਕੀ ਇਹ ਨੈਗੇਟਿਵ ਗੱਲ ਆ? ਤੇ ਜਾਂ ਫਿਰ ਜਿਹੜਾ ਇਹ ਡਰਾਈਵਰਸ ਤੇ ਲੰਚ ਬਾਕਸ ਬਾਰਡਰ ਤੇ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਜਾਣੀ ਅਧਿਕਾਰੀਆਂ ਵੱਲੋਂ ਸੁੰਘਾਏ ਜਾਂਦੇ ਸੀ ਲੰਚ ਬਾਕਸ ਡਰਾਈਵਰਾਂ ਦੇ ਕੁੱਤਿਆਂ ਨੂੰ ਉਹ ਸਿਲਸਿਲਾ ਬੰਦ ਕਰਾਉਣਾ ਕੀ ਇਹ ਨੈਗੇਟਿਵ ਗੱਲ ਸੀ? ਜਾਂ ਫਿਰ ਸਕੂਲਾਂ ਦੇ ਇੱਥੇ RLCP ਕੋਰਸਾਂ ਦੇ ਵਿੱਚ ਜਿਹੜਾ ਸਿਲੈਕਸ਼ਨ ਸਿਸਟਮ ਹੈ ਉਹਦੀਆਂ ਖਾਮੀਆਂ ਉਹਦੇ ਵਿੱਚ ਜੋ ਡਿਸਕ੍ਰਿਮੀਨੇਸ਼ਨ ਸੀ ਉਹਨੂੰ ਉਜਾਗਰ ਕਰਨਾ ਉਹਦੇ ਲਈ ਐਜੂਕੇਸ਼ਨ ਮਿਨਿਸਟਰ ਤੱਕ MPPs ਤੱਕ ਗੱਲ ਪਹੁੰਚਾਉਣਾ ਕੀ ਇਹ ਨੈਗੇਟਿਵ ਗੱਲ ਸੀ? ਜਾਂ ਫਿਰ ਆ ਬਜ਼ੁਰਗਾਂ ਦਾ ਜਿਹੜਾ ਡੈਂਟਲ ਕੇਅਰ ਆ ਅਰਸ਼ ਆਪਾਂ ਕਿੰਨਾ ਇਹਦੇ ਤੇ ਡਿਸਕਸ ਕਰਦੇ ਰਹੇ ਡੈਂਟਲ ਕੇਅਰ ਸਿਸਟਮ ਕਾਗਜ਼ਾਂ 'ਚ ਦਿੱਤਾ ਹੋਇਆ ਪਰ ਅਸਲ 'ਚ ਉਹ ਵਰਕ ਨਹੀਂ ਕਰਦਾ ਬਜ਼ੁਰਗਾਂ ਨੂੰ ਸਾਲੋ ਸਾਲ ਅਪੁਆਇੰਟਮੈਂਟਾਂ ਨਹੀਂ ਮਿਲ ਰਹੀਆਂ ਦੰਦ ਉਹਨਾਂ ਦਾ ਕੱਢ ਦਿੱਤਾ ਜਾਂਦਾ ਨਵਾਂ ਡੈਂਚਰ ਲਗਾਉਣ ਲਈ ਟਾਈਮ ਇਹਨਾਂ ਕੋਲ ਕੋਈ ਨਹੀਂ ਤੇ ਉਸ ਟੁੱਟੇ ਭੱਜੇ ਸਿਸਟਮ ਬਾਰੇ MPPs ਦੇ ਰਾਹੀਂ ਉਹਨਾਂ ਦੀ ਕਾਕਸ ਦੇ ਵਿੱਚ ਹੈਲਥ ਮਿਨਿਸਟਰ ਤੱਕ ਗੱਲ ਪਹੁੰਚਾਉਣਾ ਕੀ ਇਹ ਨੈਗੇਟਿਵ ਗੱਲ ਆ? ਜੀ ਤੋ ਜਾਂ ਫਿਰ ਜਿਹੜੇ ਇਹ ਨੋਇਜ਼ ਮੇਕਿੰਗ ਸਲੈਂਸਰ ਆ ਗਲੀ ਗਲੀ ਆ ਗੱਡੀਆਂ ਅੜਾਟ ਪਾਉਂਦੀਆਂ ਜਾਂਦੀਆਂ ਇਹਦੇ ਬਾਰੇ ਪੀਲ ਪੁਲਿਸ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਕਿ ਭਈ ਇਹ ਗੱਡੀਆਂ ਨੂੰ ਸਲੈਂਸਰ ਚਲੋ ਲੱਗੇ ਹੋਏ ਨੇ ਟਿਕਟਾਂ ਆਪਾਂ ਦਿੰਨੇ ਆ ਪਰ ਸਲੈਂਸਰ ਲਾਉਣ ਵਾਲੇ ਜਿਹੜੇ ਬਿਜ਼ਨਸਸ ਆ ਉਹ ਜੇ ਲਾ ਸਕਦੇ ਆ ਤੇ ਫਿਰ ਜਾਣੀ ਕਿ ਇਹਤੇ ਵੀ ਦੇਖਿਆ ਸੋਚਿਆ ਜਾਣਾ ਚਾਹੀਦਾ ਵੀ ਉਹ ਲਾ ਕਿਉਂ ਸਕਦੇ ਆ ਜੇ ਗਲਤ ਆ ਤਾਂ ਇਹਦੇ ਫਿਰ ਬਾਰੇ ਫਿਰ ਆਪਾਂ ਮਿਸਿਸਾਗਾ ਦੇ ਮੇਅਰ ਨਾਲ ਬ੍ਰੈਂਪਟਨ ਦੇ ਮੇਅਰ ਦੇ ਦਫ਼ਤਰ ਦੇ ਨਾਲ ਜਾਂ ਫਿਰ ਉਹਨਾਂ ਦੀ ਗਾਈਡੈਂਸ ਤੋਂ ਬਾਅਦ ਜਿਹੜਾ ਇਹ ਬਿਜ਼ਨਸ ਲਾਇਸੈਂਸਿੰਗ ਡਿਪਾਰਟਮੈਂਟਸ ਹੈਗੇ ਆ ਦੋਨੋਂ ਸਿਟੀਜ਼ ਦੇ ਉਹਨਾਂ ਤੱਕ ਆਵਾਜ਼ ਬੁਲੰਦ ਕਰਨਾ ਤਾਂ ਕਿ ਇਹ ਮਸਲਾ ਬੈਟਰ ਹੱਲ ਕੀਤਾ ਜਾ ਸਕੇ ਤੇ ਕੀ ਇਹ ਨੈਗੇਟਿਵ ਗੱਲ ਆ? ਜੀ ਜੋ ਸਰ। ਜਾਂ ਫਿਰ ਹੋਰ ਆਪਾਂ ਕਿੰਨਾ ਕੁਛ ਆਹ ਰੋਡ ਸੇਫਟੀ ਤੇ ਇਮੀਗ੍ਰੇਸ਼ਨ ਤੇ ਅਵੇਅਰਨੈਸ ਦੀਆਂ ਗੱਲਾਂ ਕਰਦੇ ਹਾਂ ਇਹਦੇ ਵਿੱਚ ਨੈਗੇਟਿਵ ਕੀ ਆ? ਸੋ ਇਸ ਕਰਕੇ ਇੱਕ ਬੰਦਾ 1.25 ਲੱਖ ਦੇ ਵਿੱਚੋਂ ਜੇ ਸਿੱਧਾ ਤੌਰ ਕੇ ਕੁਝ ਫਰਕ ਪਾ ਸਕਦਾ ਬਿਨਾਂ ਕੁਰਸੀ ਤੋਂ ਤੇ ਕੀ ਇਹ ਨੈਗੇਟਿਵ ਗੱਲ ਆ? ਤੇ ਜੇ ਇਹ ਸਾਰੀਆਂ ਨੈਗੇਟਿਵ ਗੱਲਾਂ ਆ ਤੇ ਮੈਂ ਸਮਝਾਂਗਾ ਫਿਰ ਵੀ ਜਿਹੜੇ ਦਿਮਾਗ ਇਹਨੂੰ ਨੈਗੇਟਿਵ ਪ੍ਰੋਸੈਸ ਕਰਦੇ ਆ ਤੇ ਸਾਨੂੰ ਇਹ ਨੈਗੇਟਿਵ ਗੱਲਾਂ ਕਰਦੇ ਰਹਿਣਾ ਚਾਹੀਦਾ
क्योंकि असल दे विच साडे विच साडी कम्युनिटी वास्ते फायदे दीआं गल्लां आ, ब्रैंटन ओंटारियो कैनेडा दे फायदे दीआं गल्लां आ जी। सो इहनूं कोई नैगेटिव समझे पॉजिटिव समझे, क्योंकि साडे वल्लों तो इह पॉजिटिव है जी, और वड्डी गिणती च लोक इस नूं एप्रीशिएट भी करदे आ। पर जेहड़े मतलब कुछ थोड़े बहुत दिमागां ने जाने के इहनूं नैगेटिव अपने दिमाग च प्रोसैस करके अफवाह बनाई कि नैगेटिव गल्लां आ, तो इस करके मैं समझांगा वी कम्युनिटी बहुत समझदार है। तो इस तरीके दे नाल जो असीं अवेयरनैस कंपेन्स चलाउंदे रहे हैं, साडा आइडिया सदा क्रिएटिव ते पॉजिटिव रहा है, साडा आइडिया सदा क्रिएटिव ते पॉजिटिव है, साडा आइडिया सदा क्रिएटिव ते पॉजिटिव ही आने वाले समय दे विच रहना। तो इस करके इस इलैक्शन दे विच, हर इलैक्शन दे विच भैन भरावां नूं बेनती है कि आपां अफवाहां जिहड़ियां मनघड़त गल्लां ने उहनां तों बच के रहना है। तो सावधानी दे नाल जी इनफॉर्मेशन नूं प्रोसैस करके इसे तरीके दे नाल सेवा दे विच हाजिर रखना है। वार्ड 9 ते 10 दे विच स्कूल ट्रस्टी इलैक्शन दे विच कम्युनिटी यूनाइट होके जिन्ना जी भी एक आवाज वजो सामने आने उन्ना ही वध जिहड़े जी भी सफलता के चांस होणगे। स्कूल ट्रस्टी कैंडीडेट वार्ड 9 ते 10 दे विच सतपाल सिंह जौल, मैं तुहाडी सेवा दे विच हाजिर हां। 416-895-3784 जौल साहब दा नंबर है, तुसीं उहनां नाल गलबात कर सकदे हो। कोई भी सपोर्ट टीम दे नाल जुड़ना चाहुंदे हो तां 416-895-3784 वार्ड 9 10 स्कूल ट्रस्टी कैंडीडेट सरदार सतपाल सिंह जौल। जौल साहब थैंक यू सो मच फॉर योर टाइम। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।